ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਖੜੀ ਬੱਸ ਦੇ ਵਿੱਚ ਪਿੱਛੋਂ ਆਣ ਕੇ ਟਰਾਲਾ ਵੱਜਿਆ। ਟੱਕਰ ਇੰਨੀ ਜ਼ੋਰਦਾਰ ਹੋਈ ਹੈ ਕਿ ਬੱਸ ਦੇ ਵਿੱਚ ਜੋ ਸਵਾਰੀਆਂ ਬੈਠੀਆਂ ਸਨ ਉਹ ਬੁਰੀ ਤਰ੍ਹਾਂ ਜ਼ਖਮੀ ਹੋਈਆਂ ਨੇ, ਜਦਕਿ ਇੱਕ ਦੀ ਮੌਤ ਵੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਦਾ ਟਾਇਰ ਪੰਚਰ ਹੋਇਆ ਸੀ ਤੇ ਇਸ ਦਾ ਟਾਇਰ ਬਦਲਣ ਦੇ ਲਈ ਸੜਕ ਦੇ ਕੰਢੇ ਬੱਸ ਨੂੰ ਖੜਾ ਕੀਤਾ ਗਿਆ ਸੀ। ਸਵਾਰੀਆਂ ਇਸ ਬੱਸ ਦੇ ਅੰਦਰ ਬੈਠੀਆਂ ਹੋਈਆਂ ਸੀ ਅਤੇ ਕੰਡਕਟਰ ਤੇ ਡਰਾਈਵਰ ਦੇ ਵੱਲੋਂ ਟਾਇਰ ਚੇਂਜ ਕੀਤਾ ਜਾ ਰਿਹਾ ਸੀ। ਇਸੇ ਵਿਚਾਲੇ ਹੀ ਇਹ ਟਰਾਲਾ ਬੜੀ ਤੇਜ਼ ਰਫ਼ਤਾਰ ਦੇ ਨਾਲ ਪਿੱਛੋਂ ਆਉਂਦਾ ਹੈ ਤੇ ਖੜੀ ਬੱਸ ਦੇ ਵਿੱਚ ਆ ਕੇ ਵੱਜ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਟਰਾਲਾ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਹਸਪਤਾਲ ਦੇ ਵਿੱਚ ਜ਼ੇਰ ਇਲਾਜ ਹੈ। ਉਧਰ ਬੱਸ 'ਚ ਬੈਠੀਆਂ ਸਵਾਰੀਆਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ, ਜਦਕਿ 15 ਤੋਂ ਵੱਧ ਸਵਾਰੀਆਂ ਜਿਹੜੀਆਂ ਨੇ ਜ਼ਖਮੀ ਦੱਸੀਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਵਾਪਰਿਆ, ਜਿੱਥੇ ਰਾਤ ਵੇਲੇ ਇਹ ਬੱਸ ਜੋ ਕਿ ਹਰਿਦੁਆਰ ਤੋਂ ਜੰਮੂ ਜਾ ਰਹੀ ਸੀ ਤਾਂ ਇਸਦਾ ਟਾਇਰ ਪੰਚਰ ਹੋ ਗਿਆ, ਤਾਂ ਇਸਦਾ ਪੰਚਰ ਟਾਇਰ ਉਤਾਰਨ ਲਈ ਤੇ ਨਵਾਂ ਟਾਇਰ ਲਾਉਣ ਦੇ ਲਈ ਇੱਥੇ ਬੱਸ ਨੂੰ ਖੜਾ ਕੀਤਾ ਗਿਆ ਸੀ। ਉਧਰੋਂ ਪਿੱਛੋਂ ਤੇਜ਼ ਰਫ਼ਤਾਰ ਚ ਆਉਂਦਾ ਟਰਾਲਾ ਜੋ ਇਸ ਬੱਸ ਦੇ ਵਿੱਚ ਆ ਵੱਜਿਆ। ਪੁਲਿਸ ਮੁਤਾਬਿਕ ਟਰਾਲਾ ਚਾਲਕ ਨੂੰ ਨੀਂਦ ਆ ਗਈ ਸੀ, ਜਿਸ ਕਰਕੇ ਉਸਦਾ ਸੰਤੁਲਨ ਵਿਗੜਿਆ ਤੇ ਉਸਨੇ ਖੜੀ ਬੱਸ ਦੇ ਵਿੱਚ ਹੀ ਟਰਾਲਾ ਜਾ ਮਾਰਿਆ, ਜਿਸ ਕਰਕੇ ਟਰਾਲੇ ਦਾ ਅਗਲਾ ਹਿੱਸਾ ਵੀ ਪਲਟ ਗਿਆ। ਡਰਾਈਵਰ ਵੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਤੇ ਹਾਲਤ ਉਸਦੀ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਬੱਸ ਦਾ ਡਰਾਈਵਰ ਵੀ ਜ਼ਖਮੀ ਹੈ, ਕਈ ਸਵਾਰੀਆਂ ਇੱਥੇ ਜ਼ਖਮੀ ਨੇ ਤੇ ਇੱਕ ਦੀ ਮੌਤ ਵੀ ਹੋ ਚੁੱਕੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਤਾ ਨਹੀਂ ਕਿਤੇ ਆਰਾਮ ਨਾਲ ਖੁਦ ਇੰਜਨ ਹੋ ਗਿਆ ਕਿਆ ਗਿਣਨਾ ਹੈ ਅੱਛਾ ਮਤਲਬ ਪਤਾ ਨਹੀਂ ਲਗਾ ਤੁਮ ਆਪ ਬਸ ਚਲਾਤੇ ਥੇ ਜਾਂ ਕੰਡਕਟਰ ਥੇ ਕੰਡਕਟਰ ਸਰ ਅੱਛਾ ਕੰਡਕਟਰ ਥੇ ਤੋ ਨਹੀਂ ਸਮਝ ਮੇ ਲਗਾ ਡਿੱਕੀ ਮੇ ਟਾਇਰ ਡਾਲ ਰਹੇ ਥੇ ਹਮ ਅੱਛਾ ਆਂਸ ਵਾਲਾ ਆਇਆ ਤੋ ਗਿਰ ਕੇ ਨੀਚੇ ਦੇ ਹਮ ਆਇਆ ਪਿੱਛੇ ਸੇ ਤੋ ਜੋ ਟਰਾਲਾ ਤਾਂ ਬੜਾ ਅੱਛਾ ਦੇਖੋ ਉਹ ਟਰਾਲੇ ਨੇ ਟੱਕਰ ਮਾਰੀ ਹਾਂ ਅੱਛਾ ਤੋ ਬਸ ਪਲਟ ਗਈ ਠੀਕ ਹੈ ਤੋ ਕੋਈ ਇੰਜਰਡ ਹੋਆ ਉਸਕੇ ਫਿਰ ਜਿੰਦਗੀ ਡੈਥ ਵੀ ਹੋਈ ਹੈ ਡੈਥ ਵੀ ਹੋਈ ਹੈ ਕਿਤਨੇ ਲੋਕ ਹੈ ਬੱਸ ਖੜੀ ਸੀ ਆਣ ਕੇ ਰਾਤ 2:30 ਵਜੇ ਉਸ ਟਾਈਮ ਦਾ ਦੱਸਿਆ ਖੜੀ ਸੀਗੀ ਤੇ ਮੇਰਾ ਸ਼ਾਇਦ ਨੀਂਦ ਆਉਣ ਦੇ ਨਾਲ ਹੀ ਉਹਨੇ ਸਿੱਧੀ ਆਣ ਕੇ ਸਟਾਰਟ ਕੀਤਾ ਨਾਲ ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋਈ ਟਾਇਰ ਟੂਰ ਪੈਂਚਰ ਹੋ ਗਿਆ ਸੀ ਬੱਸ ਦਾ ਯਾਤਰਾ ਵਾਲੀ ਬੱਸ ਸੀ ਹਰਦੁਆਰ ਤੋਂ ਆ ਰਹੇ ਸੀ ਤੇ ਉਹ ਆਪਣਾ ਕੋਈ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਕੈਂਟਰ ਆਇਆ ਜਿਹੜਾ ਉਹ ਮਤਲਬ ਜਾਂ ਨੀਂਦਰਾ ਲਾ ਲਓ ਜਾਂ ਕੁਛ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਇੱਕ ਦੀ ਡੈਥ ਹੋਈ ਆ ਤੇ 15-16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰਾ ਖਿਆਲ 40-50 ਦੇ ਕਰੀਬ ਯਾਤਰੀ ਉਹ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਹੈ ਸਿਵਲ ਹਸਪਤਾਲ ਆ ਤੇ ਬਾਕੀ ਨੋਰਮਲ ਆ ਇੱਕ ਦੀ ਡੈਥ ਆ ਕਿੰਨੇ ਵਜੇ ਦਾ ਇਹ ਰਾਤ 1:30-2 ਵਜੇ ਦਾ ਕੰਮ ਹੈ
ਇਹ ਡੀਕੋ ਕਲੋਨੀ ਆ ਨਾਲ ਹੀ ਪੈ ਜੀ, ਹਾਂਜੀ ਜੀ ਟੀ ਰੋਡ ਅੱਡੀ ਕੋਲ। ਠੀਕ ਹੈ।